ਮਾਮਲਾ ਸਾਡੀ ਨੂੰਹ ਦਾ ਤੁਹਾਨੂੰ ਜਿਸਾਂ ਬੇਟੇ ਨੇ ਸਾਰਾ ਦੱਸਿਆ ਹੀ ਹੋਇਆ ਵਾ। ਮੈਡੀਸਨ ਲੈਣ ਆਉਂਦੇ ਸੀ, ਸਾਨੂੰ ਨਹੀਂ ਪਤਾ ਕਿਵੇਂ ਇਹਨਾਂ ਦਾ ਚੱਕਰ ਚੱਲਿਆ, ਕੀ ਬਣਿਆ, ਸਾਨੂੰ ਕੁਛ ਪਤਾ ਨਹੀਂ ਲਿਆ। 5 ਮਹੀਨੇ ਤੋਂ ਸਾਡੀ ਨੂੰਹ ਲਾਪਤਾ ਜੀ। ਦੇਖੋ ਇਹ ਗੁੜੀਆ ਤਰਸ ਨਹੀਂ ਆਉਂਦਾ ਕਿਸੇ ਨੂੰ, ਇਹਦੇ ਤੇ ਕੁੜੀ ਤੇ ਕੋਈ ਤਰਸ ਆਉਂਦਾ? ਆਪਣੇ ਦੋ ਬੱਚੇ ਦੱਸੋ, ਇਹਦੇ ਆਪਣੇ ਦੋ ਬੱਚੇ ਨੇ। ਭਾਈ ਆ ਇਹਦੀ ਪਹਿਲੀ ਵੋਟੀ ਵੀ ਮਰੀ ਆ, ਉਹ ਵੀ ਇਹਨੇ ਮੇਰੇ ਸਾਹ ਇਹਨੇ ਮਾਰੀ ਆ। ਦੂਜੀ ਵੋਟੀ ਇਹਨਾਂ ਨੇ ਤੇਜਾਬ ਪਾਉਣ ਲੱਗੇ ਸੀ, ਘਰੋਂ ਕੱਢੀ ਆ, ਉਹ ਵੀ ਘਰੋਂ ਕੱਢੀ ਇਹਨਾਂ ਦੂਜੀ ਵੋਟੀ ਵੀ। ਹੁਣ ਤੇਜਾਬ ਵਿਆਹ ਕਰਾਉਣ ਨੂੰ ਫਿਰਦਾ ਜੋ, ਇਹ ਮੈਡੀਕਲ ਸਟੋਰ ਹੈ ਕਿ ਕੀ ਆ? ਅੰਦਰ ਇਹਨੇ ਗੁਫਾ ਬਣਾਈ, ਪਿੱਛੇ ਇਹਨੇ ਬੈਡ ਡਾਏ ਆ, ਇਹ ਡਾਕਟਰ ਹੈ ਕਿ ਕੀ ਆ? ਮੈਡੀਕਲ ਸਟੋਰ ਇੱਦਾਂ ਨਹੀਂ ਹੁੰਦਾ, ਪਿੱਛੇ ਕੋਈ ਕੈਬਨ ਡਾਕਟਰ ਨਹੀਂ ਬਣਾਉਂਦਾ, ਇਹਨੇ ਕੈਬਨ ਬਣਾਇਆ ਆਪਣਾ ਸਪੈਸ਼ਲ। ਗੁੜੀਆ ਮੇਰੀ ਦਵਾਈ ਲੈਣ ਆਈ ਆ, ਇਹਨੇ ਵੀਡੀਓ ਕਾਲ ਕਰਕੇ ਵਿਖਾਇਆ ਮਾਂ ਨੂੰ ਕਿ ਆਵੇ ਤੇਰੀ ਕੁੜੀ ਦਵਾਈ ਲੈਣ ਆਈ। ਡਾਕਟਰ ਨੇ ਲਿਆ, ਡਾਕਟਰ ਦੀ ਮੰਮੀ ਰਲੀ, ਡਾਕਟਰ ਦਾ ਪਿਓ ਰਲਿਆ। ਇਹ ਮੇਰੀ ਦੁਕਾਨ ਤੇ ਗਏ ਸੀ, ਉੱਥੇ ਕਹਿੰਦੇ ਸੀ ਕਿ ਸਾਡਾ ਮੁੰਡਾ ਇਹ ਵਿੱਚ ਨਹੀਂ ਹੈਗਾ, ਸਾਡੇ ਮੁੰਡੇ ਦਾ ਕੋਈ ਰੋਲ ਨਹੀਂ ਆ, ਜੇ ਸਾਡੇ ਮੁੰਡੇ ਦਾ ਰੋਲ ਹੋਊਗਾ ਸਾਡੇ ਮੁੰਡੇ ਚੌਂਕ ਚ ਲੈ ਕੇ ਗੋਲੀ ਮਾਰ ਦੇਣਗੇ, ਆਪਣੇ ਮੁੰਡੇ ਦੀ ਸਪੋਰਟ ਕਰਨ ਦੇ ਆ ਅੰਦਰ। ਮੇਰਾ ਨਾਮ ਸੋਨੀਆ, ਮਸਲਾ ਦੀ ਮੰਮੀ ਦਵਾਈ ਲੈਣ ਦੀ ਦੁਕਾਨ ਤੋਂ, ਉੱਥੋਂ ਇਹਨਾਂ ਨੇ ਗਿਆ ਪਿੱਤਾ ਆ ਨਾ ਲੱਗਦੀ ਤੁਹਾਡੀ ਉਹ ਮੇਰੀ ਬੇਟੀ ਆ 32 ਸਾਲ ਅੱਜ ਫਿਰ ਕੀ ਹੋਇਆ ਜੀ? ਇਹ ਇਹਨੂੰ ਸਮਝਾਇਆ ਪਿਆਰ ਨਾਲ, ਇਹ ਨਹੀਂ ਮੰਨਿਆ ਤਾਂ ਮੇਰੇ ਕੋਲ ਨਹੀਂ ਹੈਗੀ। ਤੇ ਕੀ ਹੋਇਆ ਤੁਹਾਡੀ ਬੇਟੀ ਕਿੱਥੇ ਆ? ਮੈਨੂੰ ਪਤਾ ਹੀ ਨਹੀਂ ਕਿੱਥੇ ਹੈਗੀ। ਤੁਹਾਨੂੰ ਕੀ ਤੁਸੀਂ ਇੱਥੇ ਕੋਈ ਹੰਗਾਮਾ ਵੀ ਕਰਨ ਦੇ ਜੀ? ਕਰਨ ਦੇ ਕੋਈ ਹੈਗੀ ਆ, ਸਾਰੇ ਸਬੂਤ ਸਾਡੇ ਕੋਲ ਹੈਗੇ ਇਸ ਟਾਈਮ, ਉਹਨਾਂ ਦੀ ਬੇਟੀ ਹੈਗੀ ਆ, ਰੋਂਦੀ ਵਿਚਾਰੀ ਲੱਭਦੀ ਆ ਮੰਮੀ ਨੂੰ। ਤੁਹਾਨੂੰ ਕੀ ਲੱਗਦਾ ਇਹਦੀ ਮਾਂ ਕੀ ਹੈ? ਇਹ ਕੋ ਆ ਤੁਸੀਂ ਕੋਈ ਦੇ ਘਰ ਕੁਝ ਕੰਪਲੀਟ ਕੀਤੀ ਆ? ਤੁਸੀਂ ਇੱਥੇ ਨਾਮਾ ਕਰ ਰਹੇ? ਹਾਂਜੀ ਕੀਤੀ ਆ। ਹੁਣ ਕੀ ਮੰਗ ਕਰਦੇ ਹੋ? ਸਾਡੀ ਕੋਈ ਲੜਾਈ ਝਗੜਾ ਨਹੀਂ, ਸਾਡੀ ਕੁੜੀ ਸਾਨੂੰ ਦੇ ਦੇ ਬਸ ਵਾਪਸ, ਕੋਈ ਲੜਾਈ ਝਗੜਾ ਨਹੀਂ ਹੈਗਾ, ਬੜੇ ਇਹਨੇ ਪਿਆਰ ਨਾਲ ਕਿਹਾ, ਉਹਨੂੰ ਮੰਨਿਆ ਨਹੀਂ। ਇਹ ਮੇਰੇ ਕੋਲ ਤਾਂ ਆਈ ਨਹੀਂ ਸੀ, ਦਾਦੀ ਵੱਲ ਆਈ ਸੀਗੀ, ਮੈਨੂੰ ਨਹੀਂ ਪਤਾ ਇਸ ਗੱਲ। ਮੇਰਾ ਭਾਅ ਜੀ ਰਕੇਸ਼ ਕੁਮਾਰ ਸ਼ੇਰਾ ਨਾਮ ਜੋ। ਭਾਅ ਜੀ ਇੱਥੇ ਮਸਲਾ ਹੈਗਾ ਜੋ ਕਿ ਇਹ 15 ਫਰਵਰੀ ਨੂੰ ਮੇਰੀ ਵਾਈਫ ਅੰਮ੍ਰਿਤਸਰੋਂ ਘਨਪੁਰ ਗਾਲੇ ਤੋਂ ਆਪਣੇ ਪੇਕੇ ਘਰੋਂ ਨਿਕਲੀ ਆ। ਡਾਕਟਰ ਸਾਹਿਬ ਨੇ ਆਪਣੇ ਕਿਸੇ ਬੰਦੇ ਕੋਲੋਂ, ਸਪੈਸ਼ਲ ਬੰਦਾ ਇਹਨਾਂ ਦਾ ਇੱਥੇ ਦਵਾਈ ਦੇਣ ਆਉਂਦਾ, ਉਹਦਾ ਨਾਂ ਗੌਰਵ ਹੈਗਾ ਜੋ, ਉਹਨੇ ਮੇਰੀ ਵਾਈਫ ਜਦੋਂ ਬੈਗ ਚੁੱਕੇ ਅਤੇ ਡਾਕਟਰ ਸਾਹਿਬ ਨੇ ਉੱਥੇ ਅੰਮ੍ਰਿਤਸਰ ਕਿਤੇ ਬਾਅਦ ਚੋਂ ਗਾਂਭਸ਼ਾਂ ਕਰਕੇ ਉੱਥੇ ਰਖਵਾ ਤਾ। ਮੈਂ ਉਸ ਦਿਨ ਦਾ ਆਪਣੀ ਵਾਈਫ ਨੂੰ ਲੱਭਣ ਲਿਆ, ਮੈਨੂੰ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ। ਮੇਰੇ ਕੋਲ ਪ੍ਰੂਫ ਹੈਗੇ ਡਾਕਟਰ ਸਾਹਿਬ ਦੇ? ਕੀ ਪ੍ਰੂਫ ਹੈ? ਮੇਰੇ ਕੋਲ ਡਾਕਟਰ ਸਾਹਿਬ ਦੀ ਰਿਕਾਰਡਿੰਗ ਹੈਗੀਆਂ ਅਤੇ ਇਹਨਾਂ ਦੀ ਮੇਰੇ ਕੋਲ ਡਿਟੇਲ ਹੈਗੀ, ਫੋਨ ਡਿਟੇਲ ਹੈਗੀ, ਮੇਰੇ ਕੋਲ ਆਪਣੀ ਵਾਈਫ ਦੀ ਫੋਨ ਡਿਟੇਲ ਹੈਗੀ ਆ। ਸਾਬਤ ਸਭ ਕੁਛ ਹੋਇਆ ਜੀ, ਇਹ ਤਾਂ ਸਭ ਕੁਛ ਸਾਬਤ ਹੁੰਦਾ ਕਿ ਡਾਕਟਰ ਸਾਹਿਬ ਕੋਲ ਆ। ਹਾਂਜੀ ਮੈਂ ਕੀਤੀ DSP ਸਾਹਿਬ ਕੋਲ, ਆ ਵੇਖੋ ਜੀ ਮੇਰੇ ਕੋਲ ਪੁਲਿਸ ਕੰਪਲੇਂਟ ਹੈਗੀ। ਭਾਅ ਜੀ ਅੱਜ ਤੋਂ 1.5 ਮਹੀਨਾ ਪਹਿਲੇ ਮੈਨੂੰ ਪਤਾ ਲੱਗਾ ਸੀ, ਮੈਂ ਇੱਥੋਂ 2 ਗੱਡੀਆਂ ਲੈ ਕੇ ਪਾ ਗਏ ਹਾਂ ਖਰੜ ਚੰਡੀਗੜ੍ਹ, ਉੱਥੇ ਇਹਦੀ ਪਹਿਲੀ ਵੋਟੀ ਦੀ ਸਾਲੀ ਰਹਿੰਦੀ ਆ, ਉੱਥੇ ਉਹਦੀ PG ਹੈਗੀ ਆ, ਇੰਨੇ ਪਹਿਲੇ ਉੱਥੇ ਰੱਖਿਆ ਸੀ 2 ਮਹੀਨੇ। ਇਹਦੀ ਸਾਲੀ ਬਾਅਦ 'ਚ ਗਈ ਆਪਣੀ ਗੁਰੂ ਕੋਲੋਂ ਆਸਟ੍ਰੇਲੀਆ, ਉਸ ਤੋਂ ਬਾਅਦ ਇਹਨੇ ਫਿਰ ਉੱਥੋਂ ਗਾਂਭਸ਼ਾ ਕਰਤਾ। ਜਦੋਂ ਮੈਂ ਖਰੜ ਪਹੁੰਚਿਆ ਉੱਥੇ ਜਾ ਕੇ ਇਹਦੀ ਸਾਲੀ ਦੇ ਘਰ ਗਿਆ, ਇਹਦੀ ਸਾਲੀ ਨੇ ਸਾਫ਼ ਸਾਫ਼ ਦੱਸਿਆ ਕਿ ਮੇਰੇ ਘਰ ਉਹ 2 ਮਹੀਨੇ ਰਹਿ ਕੇ ਗਈ ਆ, ਅਰਜੀਵ ਨੇ ਛੱਡੀ ਆ, ਅਰਜੀਵ ਸ਼ਰਮਾ ਡਾਕਟਰ ਦਾ ਨਾਮ ਆ, ਇਹਨੂੰ ਉੱਥੇ ਛੱਡੀ ਸੀ। ਉਸ ਤੋਂ ਬਾਅਦ ਉਹਨੇ ਜਗ੍ਹਾ ਚੇਂਜ ਕਰਤੀ ਆ, ਲਾਗੇ ਚਾ ਕੇ ਮੈਂ ਦੁਕਾਨਦਾਰਾਂ ਨੂੰ ਪੁੱਛਿਆ, ਦੁਕਾਨਦਾਰ ਕਹਿੰਦੇ ਆ ਕਿ ਇੱਥੋਂ ਸੌਦਾ ਲੈ ਕੇ ਜਾਂਦੀ ਰਹੀ ਆ। ਕਿੰਨੇ ਕਿੰਨੇ ਬੱਚੇ ਆ ਤੁਹਾਡੇ? ਮੇਰੀ ਇੱਕ ਗੁੜੀਆ 11 ਸਾਲ ਦੀ ਆ ਜਿਹੜੀ। ਭਾਅ ਜੀ ਸਾਡਾ ਆਪਾਂ ਇਹ ਫੈਮਿਲੀ ਡਾਕਟਰ ਆ, ਮੇਰੀ ਵਾਈਫ, ਮੇਰੇ ਮੰਮੀ, ਮੇਰੇ ਸਾਰਾ ਪਰਿਵਾਰ ਆਉਂਦਾ, ਚਾਚੇ ਤਾਂ ਇਹਨਾਂ ਜਗ੍ਹਾ 'ਤੇ ਮੈਡੀਸਨ ਲੈਣ ਆਉਂਦੇ ਸੀ। ਇੱਕ ਸਾਡਾ ਗੁਰ ਭਾਈ ਆ, ਇਹਦੀ ਪਹਿਲੀ ਵੋਟੀ ਵੀ ਮਰੀ ਆ,
ਉਹ ਵੀ ਇਹਨੇ ਮੇਰੇ ਸਾਹ ਇਹਨੇ ਮਾਰੀ ਆ, ਦੂਜੀ ਵੱਟੀ ਇਹਨਾਂ ਨੇ ਤੇਜ਼ਾਬ ਪਾਉਣ ਲੱਗੇ ਸੀ ਘਰੋਂ ਕੱਢੀ ਆ, ਉਹ ਵੀ ਘਰੋਂ ਕੱਢੀ ਇਹਨਾਂ ਦੂਜੀ ਵੱਟੀ ਵੀ, ਹੁਣ ਤੇਜ਼ਾਬ ਵਿਆਹ ਕਰਾਉਣ ਨੂੰ ਫਿਰਦਾ ਜੋ। ਇਹ ਮੈਡੀਕਲ ਸਟੋਰ ਹੈ ਕਿ ਕੀ ਆ? ਅੰਦਰ ਇਹਨੇ ਗੁਫਾ ਬਣਾਈ, ਪਿੱਛੇ ਇਹਨੇ ਬੈਡ ਡਾਏ ਆ, ਇਹ ਡਾਕਟਰ ਹੈ ਕਿ ਕੀ ਆ? ਮੈਡੀਕਲ ਸਟੋਰ ਇੱਦਾਂ ਨਹੀਂ ਦੇ, ਪਿੱਛੇ ਕੋਈ ਕੈਬਨ ਡਾਕਟਰ ਨਹੀਂ ਬਣਾਉਂਦਾ, ਇਹਨੇ ਕੈਬਨ ਬਣਾਇਆ ਆਪਣਾ ਸਪੈਸ਼ਲ। ਗੁੜੀਆ ਮੇਰੀ ਦਵਾਈ ਲੈਣ ਆਈ ਆ, ਇਹਨੇ ਵੀਡੀਓ ਕਾਲ ਕਰਕੇ ਵਿਖਾਇਆ ਮਾਂ ਨੂੰ ਕਿ ਆਵੇ ਤੇਰੀ ਕੁੜੀ ਦਵਾਈ ਲੈਣ ਆਈ। ਗੁੜੀਆ ਮੇਰੀ ਨੇ ਵੇਖਿਆ ਇਹ ਚੀਜ਼। ਹੁਣ ਕੀ ਮੰਗ ਕਰਦੇ ਹੋ? ਭਾਜੀ ਮੈਂ ਮੰਗ ਇਹ ਕਰਦਾ, ਮੈਨੂੰ ਇਨਸਾਫ਼ ਮਿਲਣਾ ਚਾਹੀਦਾ। ਆਮ ਆਦਮੀ ਪਾਰਟੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਇੱਕ ਨੇਕ ਇਨਸਾਨ ਆ, ਮੈਨੂੰ ਉਹਨਾਂ ਤੇ ਪੂਰਾ ਭਰੋਸਾ ਆ ਕਿ ਉਹ ਮੈਨੂੰ ਇਨਸਾਫ਼ ਦਿਵਾਉਣਗੇ। ਸਭ ਕੁਛ ਹੁੰਦਾ ਆ, ਕਿਹੜਾ ਕੰਮ ਨਹੀਂ ਹੁੰਦਾ ਆ? ਇਹ ਮੈਡੀਕਲ ਸਟੋਰ ਤੇ ਦੇਖੋ, ਕੋਈ ਮੈਂ ਕਹਿੰਦਾ ਆਪਣੀ ਧੀ ਭੈਣ ਇੱਥੇ ਦਵਾਈ ਲੈਣ ਭੇਜੇ ਹੀ ਨਾ। ਇਹ ਸਭ ਤੋਂ ਮਾੜਾ ਮੈਡੀਕਲ ਸਟੋਰ ਆ, ਸਭ ਤੋਂ ਮਾੜਾ ਡਾਕਟਰ, ਨਿਕੰਮੇ ਡਾਕਟਰ ਆ ਇਹ। ਇਹਨਾਂ ਦਾ ਪਿਓ ਇੰਨਾ ਬਜ਼ੁਰਗ ਆ, ਉਹ ਨਹੀਂ ਸੱਚ ਦਿੰਦਾ, ਇਹਦੀ ਮਾਂ ਆ ਉਹ ਨਹੀਂ ਸੱਚ ਬੋਲਦੀ ਪਈ। ਮੇਰੇ ਕੋਲ ਸਾਰਿਆਂ ਦੀ ਰਿਕਾਰਡਿੰਗ ਹੈਗੀਆਂ ਇਹਨਾਂ ਦੀਆਂ, ਮੇਰੀ ਵਾਈਫ ਨਾਲ ਗੱਲ ਕਰਦੀ, ਤੇਰੀ ਮਾਂ ਦੀ ਰਿਕਾਰਡਿੰਗ ਹੈਗੀਆਂ, ਇਹਦੀ ਡਾਕਟਰ ਦੀ ਮਾਂ ਦੀ, ਡਾਕਟਰ ਦੀ ਭੈਣ ਦੀ ਹੈਗੀਆਂ। ਹਾਂਜੀ 200% ਭਾਜੀ, 1000% ਇਹਦੇ ਕੋਲ ਆ। ਮੰਗ ਮੇਰੀ ਉਹੀ ਹੈ ਭਾਜੀ, ਮੇਰੀ ਵਾਈ ਮੇਰੇ ਹੱਥ 'ਚ ਦਿੱਤੀ ਜਾਏ, ਸਾਡਾ ਇਹਨਾਂ ਦਾ ਰੌਲਾ ਕੋਈ ਨਹੀਂ। ਅਜੇ ਨਹੀਂ ਹੁੰਦਾ ਫਿਰ ਅਸੀਂ ਇਹਨਾਂ ਦੇ ਇੱਥੇ ਦੁਕਾਨ ਤੇ ਅੱਗੇ, ਕੱਲ ਮੈਂ ਪੈਟਰੋਲ ਪਾ ਕੇ ਆਪਣੀ ਗੁੜੀਆਂ ਨੂੰ ਤੇ ਮਾਪਿਆਂ ਨੂੰ ਅੱਗ ਲਾ ਲੈਣੀ ਜੋ। ਇਹ DSP ਸਾਹਿਬ ਵੀ ਸੁਣ ਲੈਣ, SHO ਸਾਹਿਬ ਇਹਨਾਂ ਵੀ ਸੁਣ ਲੈਣ, ਕੱਲ ਮੈਂ ਇੱਥੇ ਆਪਣੀ ਕੁੜੀ ਨੂੰ ਲੈ ਕੇ ਆਪਣੀ ਤੇਰੀ ਦੁਕਾਨ ਤੇ ਵੀ ਅੱਗ ਲਾਉਣੀ ਜੋ। ਤੁਹਾਡਾ ਪੂਨਮ ਕੀ ਮਾਮਲਾ ਸਰ? ਮਾਮਲਾ ਸਾਡੀ ਨੂੰਹ ਦਾ ਤੁਹਾਨੂੰ ਜਿਸ ਤਰ੍ਹਾਂ ਬੇਟੇ ਨੇ ਸਾਰਾ ਦੱਸਿਆ ਹੀ ਹੋਇਆ ਵਾ। ਮੈਡੀਸਨ ਲੈਣ ਆਉਂਦੇ ਸੀ, ਸਾਨੂੰ ਨਹੀਂ ਪਤਾ ਕਿਵੇਂ ਇਹਨਾਂ ਦਾ ਚੱਕਰ ਚੱਲਿਆ, ਕੀ ਬਣਿਆ, ਸਾਨੂੰ ਕੁਛ ਪਤਾ ਨਹੀਂ ਜੇ। 5 ਮਹੀਨੇ ਤੋਂ ਸਾਡੀ ਨੂੰਹ ਲਾ ਪਤਾ ਜੇ, ਦੇਖੋ ਇਹ ਗੁੜੀਆ ਤਰਸ ਨਹੀਂ ਆਉਂਦਾ ਕਿਸੇ ਨੂੰ, ਇਹਦੇ ਤੇ ਕੁੜੀ ਤੇ ਕੋਈ ਤਰਸ ਆਉਂਦਾ? ਆਪਣੇ 2 ਬੱਚੇ ਦੱਸੋ, ਇਹਦੇ ਆਪਣੇ 2 ਬੱਚੇ ਨੇ। ਆਦਮੀ ਮੇਰਾ ਬਿਮਾਰ ਹੈ, ਇਹਨਾਂ ਨੇ ਕੀ ਦੇਖਿਆ? ਸਾਨੂੰ ਕੁਛ ਨਹੀਂ ਚਾਹੀਦਾ, ਸਾਨੂੰ ਇਨਸਾਫ਼ ਚਾਹੀਦਾ ਬਸ। ਮੈਂ ਰਾਜੀਵ ਸ਼ਰਮਾ ਜੀ, ਸ਼ਿਵ ਸ਼ਕਤੀ ਮੈਡੀਕਲ ਸਟੋਰ ਦਾ ਮਾਲਿਕ, ਬੱਸ ਸਟੈਂਡ ਦੇ ਲਾਗੇ ਮੈਂ ਦੁਕਾਨ ਕਰਦਾ। ਅਤੇ ਵੇਖੋ ਜੀ, ਕੋਈ ਇਲਜ਼ਾਮ ਉਹਨਾਂ ਨੇ ਮੇਰੇ 'ਤੇ ਜਿਹੜੇ ਲਗਾਏ ਨੇ ਉਹ ਬਿਲਕੁਲ ਬੇਬੁਨਿਆਦ ਨੇ। ਮੈਂ ਇਸ ਬਾਰੇ ਕੁਛ ਨਹੀਂ ਜਾਣਦਾ, ਮੈਂ ਦੁਕਾਨਦਾਰੀ ਕਰਦਾ ਪਿਆ ਬੜੇ ਸਾਲਾਂ ਤੋਂ, ਇੱਥੇ ਮੇਰੀ ਦੁਕਾਨਦਾਰੀ ਚੰਗੀ ਚੱਲਦੀ ਹੈ। ਤੋ ਮੈਨੂੰ ਬਦਨਾਮ ਕਰਨ ਵਾਸਤੇ, ਮੇਰੀ ਦੁਕਾਨਦਾਰੀ ਖਰਾਬ ਕਰਨ ਵਾਸਤੇ ਇਹੋ ਜਿਹੇ ਇਲਜ਼ਾਮ ਮੇਰੇ 'ਤੇ ਲਗਾਏ ਜਾ ਰਹੇ ਨੇ। ਬਾਕੀ ਇਹ ਜੋ ਮੈਟਰ ਉਹਨਾਂ ਦੇ ਘਰ ਦਾ ਹੈ, ਉਹ ਮੈਨੂੰ ਉਸ ਬਾਰੇ ਕੁਛ ਨਹੀਂ ਪਤਾ। ਹਾਂ, ਮੇਰੇ ਕੋਲ ਦਵਾਈਆਂ ਲੈਣ ਆਉਂਦੇ ਸੀ ਉਹ ਸਾਰੇ ਜਾਣੇ, ਉਹਨਾਂ ਦੀ ਕੁੜੀ ਵੀ ਆਉਂਦੀ ਸੀ, ਉਹਨਾਂ ਦੀ ਨੂੰਹ ਵੀ ਆਉਂਦੀ ਸੀ, ਆਪ ਵੀ ਸਾਰੇ ਜਾਣੇ, ਸਾਰਾ ਪਰਿਵਾਰ ਮੇਰੇ ਕੋਲ ਦਵਾਈਆਂ ਲੈਣ ਆਉਂਦੇ। ਦੇਖੋ ਰਿਕਾਰਡਿੰਗਸ ਦੇ ਵਿੱਚ ਇਹ ਹੈ ਨਾ ਕਿ ਕੋਈ ਦਵਾਈਆਂ ਲੈਣ ਵਾਸਤੇ ਮੇਰੇ ਕੋਲ ਫੋਨ ਕਰੇਗਾ, ਮੈਨੂੰ ਸਲਾਹ ਵੀ ਦੇਣੀ ਪੈਣੀ ਹੈ ਜੀ, ਮੈਨੂੰ ਸਭ ਕੁਛ ਦੱਸਣਾ ਪੈਣਾ। ਅਗਰ ਕੋਈ ਮੈਨੂੰ ਪੁੱਛਦਾ ਹੈ ਕਿ ਇਹ ਮੈਂ ਕਿੱਦਾਂ ਕਰ ਸਕਦੀ ਹਾਂ, ਕੀ ਦਵਾਈ ਖਾ ਸਕਦੀ ਹਾਂ, ਕੀ ਇਹਦਾ ਇਲਾਜ ਹੋ ਸਕਦਾ, ਮੈਨੂੰ ਸਭ ਕੁਛ ਦੱਸਣਾ ਪੈਂਦਾ ਹੈ ਜੀ। ਅਤੇ ਉਹ ਰਿਕਾਰਡਿੰਗਸ ਕਰਕੇ ਕੋਈ ਮੈਨੂੰ ਬਦਨਾਮ ਕਰਨਾ ਚਾਹੇ ਤਾਂ ਉਹਦੇ ਵਾਸਤੇ ਬਹੁਤ ਗਲਤ ਗੱਲ। ਦੇਖੋ ਇਸ ਗੱਲ ਨੂੰ ਲੈ ਕੇ ਮੇਰੇ 'ਤੇ ਹਮਲਾ ਵੀ ਹੋਇਆ ਜੇ 3 ਤਰੀਕ ਨੂੰ, ਔਰ ਹਮਲੇ ਦੇ ਵਿੱਚ ਮੇਰਾ ਨੁਕਸਾਨ ਕੀਤਾ ਗਿਆ, ਮੇਰਾ ਸੱਟ ਲਾਈ ਗਈ, ਮੇਰੇ ਪਿਤਾ ਜੀ ਨੂੰ ਸੱਟ ਲੱਗੀਆਂ ਜੇ ਬਹੁਤ ਜ਼ਿਆਦਾ, ਅਤੇ ਉਹ ਦਾਖਲ ਵੀ ਗਏ ਨੇ, ਅਸੀਂ ਦਰਖਾਸਤ ਵੀ ਦਿੱਤੀ ਹੈਗੀ ਹੈ, ਪਰ ਅਜੇ ਤੱਕ ਕੁਛ ਬਣਿਆ ਨਹੀਂ ਉਸ ਦਰਖਾਸਤ ਦਾ। ਅਤੇ ਮੈਂ ਤਾਂ ਇਹੋ ਹੀ ਮੰਗ ਕਰਾਂਗਾ ਕਿ ਜੋ ਸੱਚ ਹੈ ਉਹਨੂੰ ਸੱਚ ਨੂੰ ਸਾਹਮਣੇ ਲਿਆਇਆ ਜਾਵੇ, ਅਤੇ ਮੇਰੇ ਨਾਲ ਵੀ ਇਨਸਾਫ਼ ਕੀਤਾ ਜਾਵੇ। ਅਤੇ ਬਾਕੀ ਇਹ ਫੋਨ ਵੀ ਇਹ ਮੇਰਾ ਖੋ ਕੇ ਲੈ ਗਏ ਜੀ, ਮੇਰੇ ਪਿਤਾ ਜੀ ਦਾ ਵੀ ਖੋ ਕੇ ਲੈ ਗਏ, ਅਤੇ ਮੁੰਡੇ ਨੇ ਮੰਨਿਆ ਵੀ ਹੈ ਕਿ ਮੈਂ ਫੋਨ ਖੋਇਆ ਹੈ, ਅਤੇ ਮੇਰਾ ਇਹਨਾਂ ਨੇ ਨਾ ਮੇਰੇ ਨਾਲ ਬਹੁਤ ਬੇਇਨਸਾਫ਼ੀ ਕੀਤੀ, ਮੈਨੂੰ ਇਨਸਾਫ਼ ਦਿਵਾਇਆ ਜਾਏ। ਸਰ ਕੀ ਮਾਮਲਾ ਹੈ, ਇੱਕ ਕੰਪਲੇਂਟ ਰਕੇਸ਼ ਕੁਮਾਰ ਸਨ ਆਫ ਗੁਲਸ਼ਨ ਕੁਮਾਰ ਅਜਨਾਲਾ ਵੱਲੋਂ ਮਸੂਲ ਹੋਈ ਹੈ। ਉਹਦੇ ਵਿੱਚ
ਉਹ ਕੁਛ ਐਲੀਗੇਸ਼ਨ ਲਗਾ ਰਿਹਾ ਕਿ ਮੇਰੀ ਜਿਹੜੀ ਵਾਈਫ ਹੈਗੀ ਆ ਇਹ ਬੰਦੇ ਨੇ ਲੁਕੋ ਕੇ ਰੱਖੀ ਹੋਈ ਆ, ਉਹਦੀ ਪੜਤਾਲ ਕਰਕੇ ਫਿਰ ਦੇਖਦੇ ਹਾਂ ਜੀ। ਇਹਦੇ 'ਚ ਹੁਣ ਕੰਪਲੇਂਟ ਜਿਹੜੀ ਆ ਸਾਨੂੰ ਉਹ ਸਵੇਰੇ ਦੁਪਹਿਰ ਦੇ ਕੇ ਗਏ ਆ, ਅਤੇ ਉਹਦੇ 'ਚ ਵੈਰੀਫਾਈ ਵੀ ਕਰਨਾ ਜ਼ਰੂਰੀ ਆ ਨਾ।